मेरे वालों सारिया नूं प्यार भरी सत श्री अकाल। मैनूं लगदा तुसीं सारे ठीक ठाक होवोंगे। ते अज हुण शाम दा 6 बजे दा हैगा टाइम, ते आपां हुण घर विच बनाउण लगे हां गढ़े बड़ियां दी सब्जी। चलो मैं तुहानूं हुण नेड़े करके दिखाउनी आं। इधर आपां ने ना देखो प्याज कट्टे होए ने, इहदे विच अदरक ते लहसुन कट के रखे होया। इधर हैगी अपने घर दी हैगी बड़ियां, ये आपां बनावांगे गढ़े बड़ियां। यू आपां अंबरसर दी बड़ी कह दिंदे आं, ये असीं घर विच बड़ियां बनाईआं होईआं ने। चलो जी हुण आपां लाउण लगे आं तड़का। इहदी सब्जी बहुत टेस्टी बनदी आ। आपां इहनूं तड़का ना सरों दा तेल दा ही लावांगे। पहला पहले भुनांगे मामी इहनूं बड़ियां? हाँ, इहनूं पहला ना गर्म तेल करके ना इहनूं थोड़ा जिहा ना विच ऐं तल लांगे, फिर इहनूं लाल करके कढ़ांगे। ते इधर आपां ने ना टमाटर की प्यूरी बना के रखी हुई है। हुण आपां इहदे विच बड़ियां पा दूंगे। बड़ियां की सब्जी ना खाने विच बहुत वधिया हुंदी है गर्मी के दिनों के विच। ये जड़ियां बड़ियां हुंदियां ना पेठे दी बड़ियां, ये विसाख के महीने के विच बनाईआं जांदियां ने। आपां इहनूं होर किसे महीने विच नहीं बना सकदे? नहीं नहीं, ये तां बस गर्मी विसाख के महीने विच बनदियां ने। किन्नी वजे खुशबू आउण लग? इहदे विच लूण मिर्च मसाले पूरे पाए हुए ना, हिंग भी पाई हुई है, उहदे करके इहदी ना वासना बहुत वधिया हुंदी है। 3 किलो 4 किलो तो अपने ये लाल टमाटर पाए हुए हैं। अपने किन्ना चिर भुना गे? बस इन्हें थोड़े जे आप थोड़ी होर ला दें दाल के कलर। किन्ने क प्याज जीरे ने? किलो प्याज होने हैं। ਜੇ ਆਪਾਂ ਇਹਦੇ ਵਿੱਚ ਪਿਆਜ਼ ਵੱਧ ਪਾਉਂਗੇ ਉਹਨੂੰ ਜ਼ਿਆਦਾ ਸਵਾਦ ਬਣੂ, ਤਾਂ ਇਹਦੀ ਜਿਹੜੀ ਤਰੀ ਹੁੰਦੀ ਆ ਨਾ ਉਹ ਗਾੜੀ ਬਣਦੀ ਹੈ। ਇਹਦੇ ਵਿੱਚ ਹੋਰ ਤਾਂ ਆਪਾਂ ਨੇ ਕੁਝ ਪਾਉਣਾ ਨਹੀਂ ਹੈਗਾ, ਪਿਆਜ਼ ਜਾਂਦੀ ਹੋਰ ਸਬਜ਼ੀ ਬਣਨੀ ਹੈ। ਉਹ ਕਹਿੰਦੇ ਨੇ ਗੱਟੇ ਬੜੀਆਂ ਦੀ ਸਬਜ਼ੀ, ਗੱਟੇ ਬੜੀਆਂ ਕੀ ਹੋ ਬਣਦੀ ਆ। ਹਾਂ, ਬਾਹਰ ਤਾਂ ਹਵਾ ਵੀ ਚੱਲਣ ਲੱਗ ਗਈ, ਮੌਸਮ ਹੋ ਗਿਆ ਥੋੜ੍ਹਾ ਜਿਹਾ ਖਰਾਬ ਜਿਹਾ ਮੌਸਮ। ਇੱਧਰ ਸਾਡੇ ਗੱਠੇ ਭੁੱਜੇ ਨਹੀਂ ਗਏ ਆਪਣੇ, ਇੱਧਰ ਆਪਣੇ ਬਾਹਰ ਮੌਸਮ ਵੀ ਖਰਾਬ ਹੋ ਗਿਆ। ਚਲੋ ਪਤਾ ਕੱਦੀ ਚੱਕਤੀ ਹਵਾ ਜਦ ਆ ਗਈ ਸੀ। ਜਿਹੜੀ ਆਪਾਂ ਨੇ ਬੜੀਆਂ ਨਾ ਇਹਨੂੰ ਨਾ ਥੋੜ੍ਹੀ ਜਿਹੀ ਨਾ ਕੁੱਟ ਲਾਂਗੇ, ਕੁੱਟ ਕੇ ਪਾਵਾਂਗੇ। ਜਿਹੜਾ ਇਹਦੇ ਵਿੱਚ ਨਾ ਮਸਾਲਾ ਹੋਊਗਾ ਨਾ ਸਾਰੇ ਵਿੱਚ ਆ ਜੂਗਾ, ਫਿਰ ਸਾਰਾ ਹੀ ਨਾ ਮੈਂ ਤਰੀ ਦੇ ਵਿੱਚ ਆ ਜੂਗਾ। ਆਹ ਗੱਠੇ ਆਪਣੇ ਹੱਥ ਹੋਇਓ ਜੀ, ਇਹ ਜਿਹੜੀ ਇਹਦੀ ਤਰੀ ਆ ਨਾ ਫਿਰ ਇਹਦੀ ਕਰਾਰੀ ਬਣੂਗੀ ਐਨ ਬਹੁਤ ਵਧੀਆ। जीरा पा दूंगे, मैं ला नहीं पाया, मैं खाली प्याज टाइम लग जाना बाद पा दूंगी। अपने ना आ प्याज ऐन गोल्ड ब्राउन हो गए, हूँ ये ना स्वाद अनुसार आप लून मिर्च मसाले पा देंगे। एक चमच आप नमक का पाऊंगे, ये है लाल मिर्च, ये है धनिया पाउडर, इन्नी पावे आप हल्दी। ये आप लून मिर्च मसाले स्वाद अनुसार ही पाऊंगे,
ਤੇ ਜਿਹੜੀ ਬੜੀ ਆ ਬੜੀ ਦੇ ਵਿੱਚ ਵੀ ਮਸਾਲੇ ਹੁੰਦੇ ਆ। ਇੱਕ ਚਮਚ ਪਾਉਂਗੇ ਆਪਾਂ ਕਲਰ ਵਾਸਤੇ ਦੇਗੀ ਮਿਰਚ ਦਾ। ਮਟਰਾਂ ਦੀ ਆਪਾਂ ਨੇ ਪਿਊਰੀ ਬਣਾਈ ਹੋਈ ਹੈ, ਹੁਣ ਆਪਾਂ ਇਹ ਵੀ ਵਿੱਚ ਪਾ ਦਿੰਦੇ ਹਾਂ। ਜਿਹੜੀਆਂ ਆਪਣੇ ਕੋਲ ਬੜੀਆਂ ਤੀਆਂ ਇਹ ਆਪਾਂ ਨੇ ਐਕਣਾ ਦੇੜਾ ਜਿਹਾ ਕਰ ਲਿਆ, ਹੁਣ ਇਹਨਾਂ ਨੂੰ ਵੀ ਵਿੱਚ ਪਾ ਦੂੰਗੇ। ਚੰਗੀ ਤਰ੍ਹਾਂ ਮਿਕਸ ਕਰਕੇ ਥੋੜਾ ਜਿਹਾ ਗਰਮ ਪਾਣੀ ਕਰੋ, ਚੰਗੀ ਤਰ੍ਹਾਂ ਮਸਾਲਾ ਭੁੰਨ ਲੂੰਗੇ। ਦੇਖੋ ਕਿੰਨਾ ਸੋਹਣਾ ਕਲਰ ਆ ਗਿਆ, ਦੇਖੋ ਮਸਾਲੇ ਦਾ ਕਿੰਨਾ ਵਧੀਆ ਕਲਰ ਆਇਆ ਹੈ। ਜਿੰਨੀ ਇਹ ਦੇਖਣ ਨੂੰ ਵਧੀਆ ਲੱਗਦੀ ਹੈ ਉਦੋਂ ਵੀ ਵੱਧ ਖਾਣ ਨੂੰ ਫਿਰ ਵਧੀਆ ਲੱਗੂਗੀ। ਆਪਾਂ ਇੰਨਾ ਪਾਣੀ ਵਿੱਚ ਐਡ ਕਰ ਦਿੰਦੇ ਹਾਂ। ਜਿੰਨਾ ਚਿਰ ਆਪਣਾ ਮਸਾਲਾ ਨਾ ਤੇਲ ਨਾ ਛੱਡ ਜਾਵੇ ਉਨਾ ਚਿਰ ਆਪਾਂ ਇਹਨੂੰ ਸੇਕ ਲਵਾਵਾਂਗੇ। ਫਿਰ ਇਹਦੇ ਵਿੱਚ ਆਪਾਂ ਨਾ ਗਰਮ ਪਾਣੀ ਕੀਤਾ ਹੋਇਆ ਉਹ ਵਿੱਚ ਫਿਰ ਆਪਾਂ ਪਾ ਦੇਵਾਂਗੇ। ਦੇਖੋ ਆਪਣੇ ਮਸਾਲੇ ਨੇ ਨਾ ਤੇਲ ਛੱਡ ਦਿੱਤਾ ਹੈ ਅਤੇ ਹੁਣ ਆਪਾਂ ਇਹਦੇ ਵਿੱਚ ਨਾ ਪਾਣੀ ਐਡ ਕਰ ਦਿੰਦੇ ਹਾਂ। ਇੱਕ ਚਮਚਾ ਗਰਮ ਮਸਾਲੇ ਦਾ ਪਾ ਦੂੰਗੇ। ਇਹ ਗਰਮ ਮਸਾਲਾ ਆਪਾਂ ਨੂੰ ਨਾ ਐਂਡ ਵਿੱਚ ਪਾਉਣਾ ਚਾਹੀਦਾ ਹੈ। ਇਹ ਬਣ ਗਈ ਆਪਣੀ ਗੱਠੇ ਬੜੀਆਂ ਦੀ ਸਬਜ਼ੀ ਅਤੇ ਖਾਣ ਵਿੱਚ ਇਹ ਬਹੁਤ ਟੇਸਟੀ ਬਣਦੀ ਹੈ। ਤੁਸੀਂ ਵੀ ਆਪਣੇ ਘਰ ਦੇ ਵਿੱਚ ਵੀ ਗੱਠੇ ਬੜੀਆਂ ਦੀ ਸਬਜ਼ੀ ਬਣਾ ਕੇ ਜ਼ਰੂਰ ਦੇਖਿਓ। ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਇੱਥੇ ਕਰਦੇ ਹਾਂ, ਮਿਲਦੇ ਹਾਂ ਹੁਣ ਅਗਲੀ ਵੀਡੀਓ 'ਚ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।